ਭੀੜਾ ਕੈਸੀ ਪਲੈਨਿੰਗ ਦੇ ਨਾਲ ਅੱਜ ਇੱਥੇ ਰੇਡ ਕੀਤਾ ਹੈ ਥੋੜੇ ਦਿਨ ਪਹਿਲਾਂ ਆਪਾਂ 1 ਲੱਖ ਦੇ ਕਰੀਬ ਇੱਥੋਂ ਲਾਨ ਫੜੀ ਸੀਗੀ ਦੂਸਰੇ ਅੱਡੇ ਤੇ ਜਦੋਂ ਅਸੀਂ ਲਗਾਤਾਰ ਇੱਥੇ ਰੇਡ ਕਰ ਰਹੇ ਹਾਂ ਇਹਨਾਂ ਦੇ ਅੱਡਿਆਂ ਤੇ ਇਹਨਾਂ ਨੇ ਉੱਥੋਂ ਚੇਂਜ ਕਰਕੇ ਦਰਿਆ ਦੇ ਅੰਦਰ ਅੰਦਰ ਹੀ ਘਟੋ ਘਟ 4 ਕਿਲੋਮੀਟਰ ਇੱਕ ਦੂਸਰੀ ਬਰੇਤੀ ਦੇ ਉੱਤੇ ਜਾ ਕੇ ਆਪਣਾ ਇੱਕ ੱਡੇ ਬਣਾ ਲਿਆ ਇੱਕੋ ਜਗ੍ਹਾ ਦੇ 25 ਤੋਂ 30 ਤਰਪਾਲਾ ਨੇ ਜਿਹੜੀਆਂ ਇੱਕੋ ਜਗ੍ਹਾ ਤੇ ਪਈਆਂ ਹੋਈਆਂ ਨੇ ਜਿੱਦ ਕਿ ਕੁਆਲਿਟੀ ਇੱਕ ਟੋਏ ਦੀ ਜਿਹੜੀ ਹੈਗੀ ਆ 2000 ਤੋਂ 2500 ਦੇ ਕਰੀਬ ਹੈਗੀ ਆ ਜ਼ਮੀਨ ਚ ਦੱਬੇ ਹਜ਼ਾਰਾਂ ਲੀਟਰ ਲਾਨ ਅਤੇ ਦਿੱਸੇ ਸ਼ਰਾਬ ਦਾ ਜ਼ਖੀਰਾ ਹੋਇਆ ਬਰਾਮਦ ਆਪਕਾਰੀ ਵਿਭਾਗ ਨੇ ਤੋੜੀਆਂ ਪੱਠੀਆਂ ਵੀ ਪਿਆਸ ਦਰਿਆ ਵਿੱਚੋਂ ਕਾਰ ਚੱਲ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਾਲਾ ਤੰਦ ਸ਼ਰਾਬ ਦੇ ਤਸਕਰਾਂ ਵੱਲੋਂ ਸ਼ਰਾਬ ਪੱਠੀਆਂ ਦੇ ਬਾਲਣ ਲਈ ਜੰਗਲਾਤ ਵਿਭਾਗ ਦੇ ਵੱਡੇ ਜਾ ਰਹੇ ਨੇ ਰੁਕ ਪਾਵੇਂ ਕੇ ਸਮੇ ਸਮੇਤੇ ਦਿੱਸੇ ਸ਼ਰਾਬ ਦਾ ਤੰਦਕ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਦੇ ਹੋયા ਪੰਜਾਬ ਪੁਲਿਸ ਅਤੇ ਆਪਕਾਰੀ ਵਿਭਾਗ ਵੱਲੋਂ ਕਈ ਰੇਡ ਕਿਤੇ ਜਾ ਰਹੇ ਨੇ ਅਤੇ ਵੱਡੀ ਮਾਤਰਾ ਚ ਸ਼ਰਾਬ ਨਸ਼ਟ ਵੀ ਕੀਤੀ ਗਈ ਹੈ ਪਰ ਨਾ ਚਾਇਸ ਸ਼ਰਾਬ ਕੱਢਣ ਅਤੇ ਵੇਚਣ ਵਾਲੇ ਲੋਕ ਨਵੇਂ ਟਿਕਾਣੇ ਖਾਸ ਕਰ ਬਿਆਸ ਦਰਿਆ ਵਿਚਕਾਰ ਬਣਾ ਕੇ ਆਪਣਾ ਇਹ ਜ਼ਹਿਰੀਲੇ ਸ਼ਰਾਬ ਦਾ ਕਾਲਾ ਤੰਦਕ ਚੁਲਾ ਰਹੇ ਨੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਇਨ੍ਹਾਂ ਸ਼ਰਾਬ ਦੇ ਨਸ਼ਕਾ ਵੱਲੋਂ ਸ਼ਰਾਬ ਪੱਟੀਆਂ ਦੇ ਬਾਲਣ ਲਈ ਜੰਗਲਾਤ ਵਿਭਾਗ ਦੇ ਰੁਕ ਵੱਡੇ ਜਾ ਰਹੇ ਨੇ ਇਹ ਮਾਫੀਆ ਇੰਨਾ ਤੇਜ਼ ਹੈ ਕਿ ਰੇਡ ਹੁੰਦਿਆਂ ਹੀ ਸ਼ਰਾਬ ਤਸਕਰ ਬੇੜੀਆਂ ਰਾਹੀਂ ਦਰਿਆਾਂ 'ਚ ਫਰਾਰ ਹੋ ਜਾਂਦੇ ਨੇ ਦੱਸਦੇ ਕਿ ਆਪਕਾਰੀ ਵਿਭਾਗ ਬਟਾਲਾ ਤੇ ਗੁਰਦਾਸਪੁਰ ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਨਾਲ ਵਕ-ਵਕ ਬਿਆਸ ਦਰਿਆ ਦੇ ਕੰਢੇ ਸ਼ੱਕੀ ਥਾਵਾਂ ਤੇ ਅਤੇ ਦਰਿਆ 'ਚ ਕਿਸ਼ਤੀ ਲੈ ਕੇ ਪਿੰਡ ਮੋਚਪੁਰ, ਬੁੱਢਾਬਾਲਾ ਆਦਿ ਨੇੜੇ ਰੇਡ ਕੀਤੀ ਗਈ ਦਰਿਆ ਦੇ ਵਿਚਾਲੇ ਹੀ ਛੋਟੇ-ਛੋਟੇ ਟਾਪੂ ਵਾਂਗ ਬਣੀਆਂ ਥਾਵਾਂ ਤੇ ਦੇਸੀ ਸ਼ਰਾਬ ਅਤੇ ਲਾਂ ਦਾ ਜ਼ਖੀਰਾ ਮਿਲਿਆ ਅਤੇ ਇਥੋਂ ਤੱਕ ਕਿ ਦਰਿਆ ਦੇ ਕੰਢੇ ਨੇੜੇ ਸ਼ਾਮਲਾਟ ਥਾਵਾਂ ਤੇ ਜ਼ਮੀਨ ਦੇ ਥੱਲੇ ਤਰਪਾਲਾਂ ਤੇ ਵੱਡੇ ਪਲਾਸਟਿਕ ਦੇ ਕੈਨ ਲਾਨ ਅਤੇ ਦੇਸੀ ਸ਼ਰਾਬ ਦੇ ਬਰੰਦ ਹੋਏ ਨੇ ਜਿਸ ਨੂੰ ਮੌਕੇ ਤੇ ਹੀ ਆਪਕਾਰੀ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਆਪਕਾਰੀ ਪੁਲਿਸ ਦੇ ਅਧਿਕਾਰੀ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਸਾਡੇ ਏ.ਆਈ.ਜੀ. ਸਾਹਿਬ ਦੇ ਹੁਕਮਾਂ ਦੇ ਨਾਲ ਉਹਨਾਂ ਨੇ ਸਾਨੂੰ ਸਪੈਸ਼ਲ ਹਦਾਇਤਾਂ ਕੀਤੀਆਂ ਮੀਟਿੰਗ ਦੇ ਵਿੱਚ ਵੀ ਵੱਧ ਤੋਂ ਵੱਧ ਕੰਮ ਕਰਨਾ ਹੈ ਹਰ ਮੁਲਾਜ਼ਮ ਜਿਹੜਾ ਆਪਣੀ ਤਨਦੇਹੀ ਦੇ ਨਾਲ ਇਮਾਨਦਾਰੀ ਨਾਲ ਕੰਮ ਕਰੇ ਜਿਹੜਾ ਕਿ ਅਸੀਂ ਪਲੈਨਿੰਗ ਦੇ ਨਾਲ ਅੱਜ ਇੱਥੇ ਰੇਡ ਕੀਤਾ ਥੋੜੇ ਦਿਨ ਪਹਿਲਾਂ ਆਪਾਂ 1 ਲੱਖ ਦੇ ਕਰੀਬ ਇੱਥੋਂ ਲਾਨ ਫੜੀ ਸੀਗੀ ਦੂਸਰੇ ਅੱਡੇ ਤੋਂ ਜਦੋਂ ਅਸੀਂ ਲਗਾਤਾਰ ਇੱਥੇ ਰੇਡ ਕਰ ਰਹੇ ਹਾਂ ਇਹਨਾਂ ਦੇ ਅੱਡਿਆਂ ਤੇ ਇਹਨਾਂ ਨੇ ਉੱਥੋਂ ਚੇਂਜ ਕਰਕੇ ਦਰਿਆ ਦੇ ਅੰਦਰ ਅੰਦਰ ਹੀ ਘਟੋ ਘਟ 4 ਕਿਲੋਮੀਟਰ ਇੱਕ ਦੂਸਰੀ ਬਰੇਤੀ ਦੇ ਉੱਤੇ ਜਾ ਕੇ ਆਪਣਾ ਕੱਡੇ ਬਣਾ ਲਏ ਆ ਜਿਹਦੇ ਵਿੱਚ ਕਿ ਅੱਜ ਅਸੀਂ ਇਹਨੂੰ ਵੇਖਣ ਨੂੰ ਮਿਲਿਆ ਵੀ ਇੱਕੋ ਜਗ੍ਹਾ ਤੇ ਅਸੀਂ ਬੇੜੀ ਦੇ ਨਾਲ-ਨਾਲ ਜਾ ਰਹੇ ਸੀ ਦਰਿਆ ਦੇ ਵਿੱਚ ਤੇ ਇੱਕੋ ਜਗ੍ਹਾ ਤੋਂ 25 ਤੋਂ 30 ਤਰਪਾਲਾ ਨੇ ਜਿਹੜੀਆਂ ਇੱਕੋ ਜਗ੍ਹਾ ਤੇ ਪਈਆਂ ਹੋਈਆਂ ਨੇ ਜਿੱਦੀ ਕਿ ਕੁਆਲਿਟੀ ਇੱਕ ਟੋਏ ਦੀ ਜਿਹੜੀ ਹੈਗੀ ਆ 2000 ਤੋਂ 2500 ਦੇ ਕਰੀਬ ਹੈਗੀ ਆ ਉਸ ਦੇ ਨਾਲ ਨਾਲ ਤਿੰਨ ਕੈਨ ਸ਼ਰਾਬ ਦੇ ਭਰੇ ਇੱਕੋ ਇੱਕ ਢਡੇ ਤੋਂ ਛੋਟੇ ਢਡੇ ਤੋਂ ਜਿਹੜਾ ਕਿ ਇੱਕ ਢਾਹੀ ਹੋਰ ਵੀ ਜਿਹੜੀ ਦੂਜੀ ਟੀਮ ਸਰਚ ਕਰ ਰਹੀ ਆ ਦੂਸਰੇ ਢਡੇ ਤੇ ਵੀ ਜਾ ਕੇ ਅਸੀਂ ਦੇਖਣਾ ਹੈ ਜੇ ਸਰਚ ਅਭਿਆਨ ਸ਼ੁਰੂ ਆ ਪਿੱਛੇ ਅਸੀਂ ਥੋੜਾ ਦੇਖ ਕੇ ਆਏ ਜਿੱਥੇ ਸ਼ਰਾਬ ਕੱਢਦੇ ਨੇ ਲਿਜਾ ਕੇ ਇਥੋਂ ਕਵਾਂਟਲਾਂ ਦੀ ਤਦਾਦ ਦੇ ਵਿੱਚ ਜਿਹੜਾ ਕਿ ਬਾਲਣ ਆਂ ਔਰ ਜੰਗਲਾਤ ਵਿਭਾਗ ਦੇ ਵੱਡੇ-ਵੱਡੇ ਦਰਖਤ ਕੱਟ ਕੇ ਜਿਹੜੇ ਕਿ ਉੱਥੇ ਉਹਨਾਂ ਨੇ ਸਟੋਰ ਕੀਤੇ ਹੋਏ ਨੇ ਉੱਤੇ ਤਰਪਾਲਾਂ ਢੱਕ ਕੇ ਘਟੋ ਘਟ 10 ਤੋਂ 20 ਟਰਾਲੀਆਂ ਦਾ ਜਿਹੜਾ ਸਮਾਨ ਬਾਲਣ ਆ ਵੱਡੇ ਦਰਖਤਾਂ ਦਾ ਉਹ ਕੱਟ ਕੇ ਰੱਖਿਆ ਹੋ ਤੁਸੀਂ ਵੇਖ ਵੀ ਸਕਦੇ ਹੋ ਤੇ ਇਸ ਕਰਕੇ ਜਿਹੜਾ ਵੀ ਲਗਾਤਾਰ ਰੇਡ ਚੱਲ ਰਿਹਾ ਹੈ ਬਹੁਤ ਵੱਡੀ ਰਿਕਵਰੀ ਅੱਜ ਇੱਥੇ ਜਿਹੜੀ ਹੋਈ ਹੈ ਜਿਹੜੀ ਕਿ ਨਜਾਇਜ਼ ਮਾੜੀ ਸ਼ਰਾਬ ਜਿਹੜੀ ਲੋਕਾਂ ਦੇ ਵਿੱਚ ਸਪਲਾਈ ਹੁੰਦੀ ਹੈ ਜਾ ਕੇ ਤੇ ਇਹ ਤੇ ਲਗਾਤਾਰ ਹੀ ਰੇਡ ਵੀ ਕਰ ਰਹੇ ਆਂ ਸਿਰਫ ਇੱਕੋ ਹੀ ਪ੍ਰੋਬਲਮ ਹੈ ਵੀ ਜਿਹੜੀਆਂ ਇਹਨਾਂ ਕੋਲ ਛੋਟੀਆਂ 베ੜੀਆਂ ਨੇ ਸਾਡੇ ਕੋਲ ਉਹਨਾਂ ਸਾਧਨ ਨਹੀਂ ਹੈਗਾ ਜਿਹੜਾ ਕਿ ਅਸੀਂ ਦਰਿਆ ਦੇ ਵਿੱਚ ਪ੍ਰੋਪਰ ਆ ਸਕੀਏ ਇਦਾਂ ਸਾਡੇ ਕੋਲ ਇੱਕ 베ੜੀ ਹੈ ਜਿਹੜੀ ਦਿਨੋਂ ਅਸੀਂ ਪਿੰਡ ਦੇ ਵਿੱਚ ਵੜਦੇ ਹਾਂ ਉਸ ਤੋਂ 3 ਕਿਲੋਮੀਟਰ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਰੇਡ ਹੋ ਗਿਆ ਆ ਜਿਹੜੇ ਰਸਤੇ ਥਾਣੀ ਮਰਜ਼ੀ ਆ ਜੀਏ ਮੋਜਪੋਰ ਆ ਹੋਰ ਦੋ ਪਿੰਡ ਨੇ ਕਠਾਣਾ ਆ ਉਹਨਾਂ ਦੇ ਵਿੱਚੋਂ ਵੀ ਇਹ ਜਦੋਂ ਅਸੀਂ ਆਉਨੇ ਆ ਇਹਨਾਂ ਨੂੰ ਪਿੰਡੋਂ ਦੱਸ ਦਿੰਦੇ ਵੀ ਰੇਡ ਹੋ ਗਿਆ ਬੰਦੇ ਜਿਹੜੇ ਕਿ ਭੱਜ ਜਾਂਦੇ ਨੇ ਸ਼ਰਾਬ ਕੁਝ ਉਹ ਲੈ ਕੇ ਵੀ ਨਿਕਲ ਜਾਂਦੇ ਨੇ ਆਪਣੀ ਪਰ ਜਿਹੜੀਆਂ ਤਰਪਾਲਾਂ ਤੇ ਲਾਹਣ ਆ ਉਹ ਸਾਨੂੰ ਉੱਤੇ ਡਰਮ ਜਿਹੜੇ ਨੂੰ ਅੱਜ ਬਹੁਤ ਭਾਰੀ ਮਾਤਰਾ ਵਿੱਚ ਬਰਮਤ ਹੋਏ ਨੇ। ਸਰ ਇਹ ਬ੍ਰੇਤੀ ਦੇ ਉੱਤੇ ਕਿੰਨੀ ਇੱਕ ਲਾਹਣ ਬਰਮਤ ਹੋਈ ਹੈ ਤੇ ਕਿੰਨੀ ਇੱਕ ਸ਼ਰਾਬ ਦੀ। ਵੇਖੋ ਜੀ ਇੱਕ ਬ੍ਰੇਤੀ ਤੋਂ ਜਿਹੜੀ ਅਸੀਂ ਛੋਟੀ ਬ੍ਰੇਤੀ ਦਿਖਣ ਦੇਈ ਸੀ ਸਾਨੂੰ ਦੂਸਰੇ ਅੱਡੇ ਤੋਂ। ਉੱਥੇ ਹੀ ਪਹੁੰਚੇ ਆ ਛੋਟੀ ਬੇੜੀ ਲੈ ਕੇ। ਤੇ ਉੱਥੇ ਹੀ ਪਹੁੰਚਦੇ 25 ਤੋਂ 30 ਤਰਪਾਲਾਂ ਦੇ ਆ ਸਾਹਮਣੇ ਨੇ ਤੁਹਾਡੇ ਲੱਗੀਆਂ ਹੋਈਆਂ ਵੀ ਜਿਹੜੀਆਂ ਦਿਖ ਰਹੀਆਂ ਨੇ। ਇਹਦੇ ਵਿੱਚੋਂ ਇੱਕ ਕੁਆਲਿਟੀ ਜਿਹੜੀ ਹੈਗੀ ਇੱਕ ਟੋਏ ਦੀ। 2000 ਤੋਂ 2200 ਤੇ 3000 ਦੇ ਕਰੀਬ ਨੇ ਵੱਡੇ ਵੱਡੇ ਟੋਏ ਨੇ ਤੇ ਤਿੰਨ ਕੈਨ ਸ਼ਰਾਬ ਦੇ ਤੇ 7 ਤੋਂ 8 ਜਿਹੜੇ ਡਰਮ ਨੇ ਸ਼ਰਾਬ ਕੱਢਣ ਵਾਸਤੇ ਜਿਹੜੇ ਪੱਠੀਆਂ ਦੇ ਵਿੱਚ ਕੰਮ ਹੁੰਦੇ ਨੇ ਉਹ ਬਰਬੰਦ ਹੋਏ ਨੇ ਇੱਥੋਂ ਤੇ ਅਗਰੀ ਬਰੇਤੀ ਦੇ ਅੱਗੇ ਜਿਹੜੀ ਅਜੇ ਸਰਚ ਸ਼ੁਰੂ ਆ ਏਵਨ ਮੀਡੀਆ ਲਈ ਗੁਰਦਾਸਪੁਰ ਤੋਂ ਲਪਰੇ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ